ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਜਾਣੀ ਕਿ ਸਚਿਨ ਹੀਰਾਂ 'ਤੇ। ਅਤੇ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਕਿ ਸਾਡੇ ਸਾਹਮਣੇ ਇੱਕ ਬੱਚਾ ਬੈਠਾ ਆ। ਇਹ ਬੱਚੇ ਦਾ ਨਾਮ ਹੈਗਾ ਆ ਆਰਲੈਕਸ, ਅਤੇ ਬੋਰਨ ਟੂ ਹੈਗਾ ਆ ਇਟਲੀ ਤੋਂ, ਅਤੇ ਇਹ ਫਸਟ ਟਾਈਮ ਆਇਆ ਇੰਡੀਆ। ਅਤੇ ਇਹਨੂੰ ਪੰਜਾਬੀ ਵੀ ਆਉਂਦੀ ਆ, ਅਤੇ ਇਹਨੂੰ ਢੋਲ ਵੀ ਸਿੱਖ ਗਿਆ ਮੇਰੀ ਵੀਡੀਓ ਦੇਖ ਦੇਖ ਕੇ। ਇਹ ਮੇਰੇ ਮਾਮਾ ਜੀ ਦਾ ਬੇਟਾ ਆ। ਅਤੇ ਤੁਸੀਂ ਹੁਣ ਸੁਣਾਉਂਦੇ ਹਾਂ ਤੁਹਾਨੂੰ, ਪਹਿਲਾਂ ਤਾਂ ਤੁਹਾਨੂੰ ਇੰਟਾਲੀਅਨ ਭਾਸ਼ਾ ਦੇ ਵਿੱਚ ਸਾਰਿਆਂ ਨੂੰ ਹਾਈ ਕਰੂਗਾ, ਫਿਰ ਪੁੱਛੂਗਾ ਤੁਹਾਨੂੰ ਵੀ ਤੁਸੀਂ ਕਿੱਦਾਂ ਹੋ, ਸਾਰੇ ਤੁਹਾਡਾ ਕੰਮ ਕਾਰ ਸਹੀ ਆ। ਹਾਂ ਵੀ ਆਰਲੈਕਸ ਪੁੱਛੇਗਾ, ਗੁੱਡ। ਅਤੇ ਉੱਚੀ ਦਿਨ ਕਰਦੇ ਸਾਰਿਆਂ ਨੂੰ ਹਾਈ ਕਰਦੇ, ਅਤੇ ਪੁੱਛ ਉਹਨਾਂ ਨੂੰ ਹਾਲ ਚਾਲ ਪੁੱਛ ਉਹਨਾਂ ਦਾ ਸਾਰਿਆਂ ਦਾ। ਓਕੇ, ਹੋਰ ਤੇ ਇਹ ਵੀਡੀਓਸ ਦੇਖ ਕੇ, ਤੂੰ ਮੇਰੀ ਵੀਡੀਓਸ ਦੇਖੀਆਂ ਸੀਗੀਆਂ, ਤੇ ਤੂੰ ਸਾਰੀ ਵੀਡੀਓਸ ਦੇਖੀਆਂ ਮੇਰੀਆਂ? ਸਾਰੀ ਲਾਈਕ ਵੀ ਕੀਤੀਆਂ, ਗੁੱਡ। ਤੇ ਹੁਣ ਤੂੰ ਮੈਨੂੰ ਢੋਲ ਸੁਣਾ ਦੇ ਫਿਰ ਵਜਾ ਕੇ। ਪਹਿਲਾਂ ਕੀ ਸੁਣਾਏਗਾ, ਝੂਮਰ? ਉਹ ਟਿਕ ਟਿਕ ਵਾਲੀ ਝੂਮਰ ਨੀ, ਉਹ ਵਾਲੀ? ਹਾਂ ਹਾਂ ਹਾਂ, ਚੱਲ ਬਈ। ਔਰ ਇੱਕ ਨੇ ਟਿਕ ਟਿਕ ਵਾਲੀ ਜਿਹੜੀ ਸਿੱਖੀ ਆ ਬੀਟ, ਦਿਨ ਤੱਗਾ ਨਕ ਤੱਕ, ਦਿਨ ਤੱਗਾ ਨਕ ਤੱਕ, ਉਹ ਉਹਨੂੰ ਵੀ ਝੂਮਰ ਹੀ ਕਹਿੰਦਾ। ਤੇ ਦੇਖਿਓ ਤੁਸੀਂ, ਚੱਲ ਵੀ ਵਜਾ। ਚੱਲ ਵਜਾ, ਮੈਂ ਗਾਊਂਗਾ ਨਾਲ ਨਾਲ। ਚੱਲ ਆਹੀ ਵਜਾ, ਮੈਂ ਚਿੱਟਾ ਚੋਲਾ ਗਾਉਣਾ, ਚਿੱਟਾ ਚੋਲਾ ਗਾਉਣਾ ਮੈਂ। ਬੋਲ ਨਹੀਂ, ਉਹੀ ਵਾਲੀ ਤੂੰ ਆਹ ਵਜਾ ਨਾ, ਉਹ ਟਿਕ ਟਿਕਾ ਵਜਾ, ਦੇਖੀ ਫਿਰ ਉਹ, ਤੇ ਮੈਂ ਉਹ ਗਾਊਂਗਾ ਉਹ ਵਾਲੀ। ਚੱਲ ਚੱਲ, ਹੁਣ ਧਮਾਲ ਵਜਾ ਕੇ ਦਿਖਾ ਦੇ, ਜਿਹੜੀ ਉਹ ਪੀਰਾਂ ਦੀ ਜਗ੍ਹਾ ਤੇ ਵੱਜਦੀ ਹੁੰਦੀ, ਦਨਾਦਨ ਨਹੀਂ, ਦੰਗ ਪੰਜਾਬੀ ਢੋਲ ਨੀ, ਉਹ ਵਾਲਾ ਜਿਹੜਾ ਪੀਰਾਂ ਦੀ ਜਗ੍ਹਾ ਤੇ ਵੱਜਦਾ, ਦੰਗ ਨਾਗਨ। ਤੇ ਹੁਣ ਸਾਰਿਆਂ ਨੂੰ ਕਹਿ ਦੇ ਕਿ ਤੁਸੀਂ ਇੰਟਾਲੀਅਨ ਭਾਸ਼ਾ 'ਚ ਕਹਿਣਾ, ਠੀਕ ਹੈ? ਸਾਰਿਆਂ ਨੂੰ ਕਹਿਣਾ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਲਾਈਕ ਕਰੋ ਐਂਡ ਸ਼ੇਅਰ ਕਰੋ, ਅਤੇ ਉਹਨਾਂ ਨੂੰ ਪੁੱਛਣਾ ਕਿ ਤੁਹਾਨੂੰ ਮੇਰਾ ਢੋਲ ਵਜਾਇਆ ਹੋਇਆ ਕਿੱਦਾਂ ਦਾ ਲੱਗਿਆ। ਫਤਿਹ ਲਾਈਕ ਐਂਡ ਨਿਊ ਵੀਡੀਓ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਸੇ ਇੱਕੋ ਮੈਂ ਵੀ ਪੈਚੂ ਟ੍ਰਿਬਿਊਟ ਹੋਏ। ਓਕੇ, ਥੈਂਕ ਯੂ, ਬਾਏ।